ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ ਯੂਟਿਊਬ ਚੈਨਲ ਕਿੰਗ ਕਬੱਡੀ 'ਤੇ। ਕਿਉਂਕਿ ਦੋਸਤੋ, ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਬਹੁਤ ਵੱਡੀ ਅਪਡੇਟ ਲੈ ਕੇ ਆਏ ਹਾਂਗੇ। ਅਪਡੇਟ ਇਹ ਹੈਗੀ ਦੋਸਤੋ, ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀਗਾ ਤੁਹਾਨੂੰ ਵੀ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਕਬੱਡੀ ਕੱਪ ਹੁੰਦਾ ਸਿਹਾਲ ਦਾ। ਅਤੇ ਦੋਸਤੋ, ਇਸ ਵਾਰ ਸਿਹਾਲ ਦੇ ਕਬੱਡੀ ਕੱਪ 'ਤੇ ਪੰਜਾਬ ਦੇ ਕਹਿੰਦੇ ਵੱਡੇ ਵੱਡੇ ਸਟਾਰ ਪਲੇਅਰ ਵਾਪਸੀ ਕਰ ਰਹੇ ਨੇ। ਅਤੇ ਇਸ ਵਾਰ ਸਿਹਾਲ ਦਾ ਕਬੱਡੀ ਕੱਪ ਮਿਤੀ 4 ਫਰਵਰੀ 2024 ਅਤੇ ਦਿਨ ਹੋਵੇਗਾ ਐਤਵਾਰ। ਅਤੇ ਫਸਟ ਪ੍ਰਾਈਜ਼ ਹੋਵੇਗਾ ਸਿਹਾਲ ਦੇ ਕਬੱਡੀ ਕੱਪ ਦਾ 2 ਲੱਖ, ਅਤੇ ਸੈਕਿੰਡ ਪ੍ਰਾਈਜ਼ ਹੋਵੇਗਾ 1.5 ਲੱਖ, ਅਤੇ ਆਰਨੇਤ ਦਾ ਕਹਿੰਦੇ ਖੁੱਲ੍ਹਾ ਅਖਾੜਾ ਹੋਵੇਗਾ। ਸੱਦੀਆਂ ਹੋਈਆਂ ਆਲ ਓਪਨ ਦੀਆਂ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਅਤੇ ਹੁਣ ਤੁਹਾਨੂੰ ਆਪਾਂ ਦੋਸਤੋ ਦੱਸ ਦਈਏ ਵੀ ਇਸ ਟੂਰਨਾਮੈਂਟ ਉੱਤੇ ਦੁਨੀਆ ਦਾ ਮਹਾਨ ਜਾਫੀ ਪਾਲਾ ਜਲਾਲਪੁਰੀਆ ਵੀ ਕਹਿੰਦੇ ਵਾਪਸੀ ਕਰੂਗਾ, ਖੇਡੂਗਾ ਪਹਿਲਾ ਮੈਚ। ਅਤੇ ਪਿਛਲੇ ਸਾਲ ਦੁੱਲਾ ਬੱਗੇ ਪਿੰਡ ਵਾਲਾ ਆਪਣੇ ਖੇਡ ਸੀਜ਼ਨ ਦਾ ਪੰਜਾਬ ਦਾ ਪਹਿਲਾ ਮੈਚ ਸਿਹਾਲ ਦੇ ਕਬੱਡੀ ਕੱਪ 'ਤੇ ਖੇਡਿਆ ਸੀਗਾ, ਅਤੇ ਇਸ ਵਾਰ ਵੀ ਦੁੱਲਾ ਖੇਡੂਗਾ ਸਿਹਾਲ ਦੇ ਕਬੱਡੀ ਕੱਪ 'ਤੇ। ਇੱਕ ਹੋਰ ਆਪਾਂ ਤੁਹਾਨੂੰ ਦੱਸ ਦਈਏ ਵੀ ਇਸ ਟੂਰਨਾਮੈਂਟ ਉੱਤੇ ਸਿਹਾਲ ਦੇ ਕਬੱਡੀ ਕੱਪ 'ਤੇ ਕਹਿੰਦੇ ਗੱਲ ਜੈਰੋ ਨਾਲ ਵੀ ਚੱਲਦੀ ਆ। ਜੈਰੋ ਚਵੇਜ ਦੇ ਖੇਡਣ ਦੇ 85% ਚਾਂਸ ਬਣ ਚੁੱਕੇ ਨੇਗੇ ਵੀ ਖੇਡੂ ਜੈਰੋ ਚਵੇਜ, ਅਤੇ ਕਈ ਵੀ ਰੱਖੀ ਜਾਂਦੇ ਨੇ ਵੀ ਜੈਰੋ ਚਵੇਜ ਦੀ ਟਿਕਟ ਵੀ ਹੋ ਗਈ ਵੀ ਖੇਡੂਗਾ ਇਸ ਵਾਰ ਸਿਹਾਲ ਦੇ ਕਬੱਡੀ ਕੱਪ 'ਤੇ। ਅਤੇ ਬਾਕੀ ਆਪਾਂ 100% ਕਨਫਰਮ ਜਾਣਕਾਰੀ ਤੁਹਾਨੂੰ 5-7 ਦਿਨਾਂ ਤੱਕ ਦੱਸ ਦੇਵਾਂਗੇ। ਬਾਕੀ ਗੱਲਾਂ ਦੀਆਂ ਗੱਲਾਂ, ਡਾਕਟਰ ਮੱਗਰ ਸਿਹਾਲ ਹਰ ਸਾਲ ਪਿੰਡ ਸਿਹਾਲ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਵਾਉਂਦਾ, ਅਤੇ ਇਸ ਵਾਰ ਵੀ ਬਹੁਤ ਵੱਡੇ ਵੱਡੇ ਮੱਲ ਚੋਟੀ ਦੇ ਪਹੁੰਚ ਰਹੇ ਨੇਗੇ। ਅਤੇ ਗੱਲ ਕਹਿੰਦੇ ਇੱਕ ਹੋਰ ਪਲੇਅਰਾਂ ਨਾਲ ਵੀ ਚੱਲਦੀ ਹੈਗੀ, ਅਤੇ ਉਹ ਵੀ ਆਪਾਂ ਤੁਹਾਨੂੰ ਥੋੜ੍ਹੇ ਦਿਨਾਂ ਤੱਕ ਪੂਰੀ ਕਨਫਰਮ ਕਰਕੇ ਜਾਣਕਾਰੀ ਦੱਸ ਦੇਵਾਂਗੇ। ਸੋ ਦੋਸਤੋ, ਬਾਕੀ ਤੁਸੀਂ ਆਉਣ ਵਾਲੀ ਇਹ ਕਬੱਡੀ ਕੱਪ ਦੀ ਹਰੇਕ ਅਪਡੇਟ ਜਾਣਨ ਦੇ ਲਈ ਸਾਡੇ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ। ਸਾਰਿਆਂ ਨਾਲੋਂ ਪਹਿਲਾਂ ਧੰਨਵਾਦ ਜੀ।